ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਆਲੂ ਦਾ ਤੇ ਸੂਜੀ ਦਾ ਬਹੁਤ ਵਧੀਆ ਹੈਲਦੀ ਜਿਹਾ ਨਾਸ਼ਤਾ, ਜਿਹੜਾ ਛੁੱਟੀ ਵਾਲੇ ਦਿਨ ਹੋਵੇ ਤਾਂ ਫਿਰ ਥੋੜ੍ਹੇ ਬੱਚੇ ਐਕਸਟਰਾ ਭਾਲਦੇ ਹੀ ਹੈ, ਤਾਂ ਫਿਰ ਕਿਉਂ ਨਾ ਮੈਂ ਸੋਚਿਆ ਵੀ ਸੂਜੀ ਦਾ ਅਤੇ ਆਲੂ ਦੇ ਫਿੰਗਰਸ ਬਣਾਏ ਜਾਣ, ਜਿਹੜੇ ਖਾਣ ਦੇ ਵਿੱਚ ਟੇਸਟੀ ਹੁੰਦੇ ਆ, ਕ੍ਰਿਸਪੀ ਹੁੰਦੇ, ਬਣਨ ਦੇ ਵਿੱਚ ਆਸਾਨ ਹੁੰਦੇ ਆ। ਤਾਂ ਆਓ ਫਿਰ ਆਪਾਂ ਬਣਾਈਏ ਆਲੂ ਦੇ ਅਤੇ ਸੂਜੀ ਦੇ ਫਿੰਗਰਸ। ਇਹਦੇ ਆਪਾਂ ਇਹਦੇ ਵਾਸਤੇ ਲਈ ਹੈ ਆਪਾਂ 150 ਗ੍ਰਾਮ ਤਾਂ ਫਾਈਨ ਵਾਲੀ ਸੂਜੀ ਲੈ ਲਈ ਹੈ ਮੈਂ, ਔਰ ਦੋ ਆਲੂ ਸੀਗੇ ਉਹ ਮੈਂ ਉਬਾਲ ਕੇ ਛਿਲ ਕੇ ਉਹਨੂੰ ਗ੍ਰੇਟ ਕਰ ਲਿਆ ਬਰੀਕ ਵਾਲੇ ਪਾਸੇ ਨਾਲ, ਬਿਲਕੁਲ ਫਾਈਨ ਬਰੀਕ, ਕਿਉਂਕਿ ਜਿੰਨੇ ਬਰੀਕ ਆਲੂ ਜ਼ਿਆਦਾ ਵਧੀਆ ਹੋਣਗੇ ਉਨੇ ਮਿਕਸ ਦੇ ਵਿੱਚ ਵਧੀਆ ਮਿਕਸਿੰਗ ਵਧੀਆ ਹੋਊਗੀ, ਤਾਂ ਫਿਰ ਜਿਹੜੀਆਂ ਆਪਣੀਆਂ ਫਿੰਗਰਸ ਉਹ ਕੱਟੀਆਂ ਫੱਟੀਆਂ ਨਹੀਂ ਬਣਨਗੀਆਂ, ਬਹੁਤ ਵਧੀਆ ਬਣਨਗੀਆਂ। ਔਰ ਇੱਕ ਛੋਟਾ ਪਿਆਜ਼ ਬਰੀਕ ਕੱਟ ਲਿਆ, ਬਰੀਕ ਬਿਲਕੁਲ ਬਰੀਕ ਫਾਈਨ, ਔਰ ਥੋੜ੍ਹਾ ਜਿਹਾ ਧਨੀਆ ਪੱਤਾ ਕੱਟ ਲਿਆ ਮੈਂ। ਮਸਾਲੇ ਵਿੱਚ ਜਾਣਗੇ ਨਮਕ, ਲਾਲ ਮਿਰਚ, ਗਰਮ ਮਸਾਲਾ, ਥੋੜ੍ਹੀ ਜਿਹੀ ਪਿੰਚ ਆਫ ਹਲਦੀ, ਥੋੜ੍ਹਾ ਜਿਹਾ ਸਾਬੂ ਜੀਰਾ ਪਾ ਲਈਏ, ਭਾਵੇਂ ਉਹਦਾ ਪਾਊਡਰ ਬਣਾ ਕੇ ਪਾ ਲਈਏ। ਵਿੱਚ ਨਾਲ ਮੈਂ ਸਨੈਕਸ ਹੈ ਤਾਂ ਪਾ ਰਹੀ ਹਾਂ ਨਾਲ ਚੰਕੀ ਚਾਟ ਮਸਾਲਾ ਅਤੇ ਆਮਚੂਰ ਪਾਊਡਰ। ਅਗਰ ਇਹ ਦੋਨੋਂ ਆਪਸ਼ਨਲ ਹੈ, ਜੇ ਤਾਂ ਹੈਗੇ ਆ ਘਰੇ ਤਾਂ ਪਾ ਲਓ, ਨਹੀਂ ਹੈਗੇ ਤਾਂ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹਾਂ। ਜੇ ਇੱਕ ਲੈਮਨ ਹੋਵੇ ਤਾਂ ਉਹਨੂੰ ਵੀ ਆਪਾਂ ਨਿਚੋੜ ਕੇ ਨਿੰਬੂ ਨੂੰ ਵੀ ਪਾ ਸਕਦੇ ਹਾਂ ਖੱਟੇ ਵਾਸਤੇ, ਜਿਹੜਾ ਟੇਸਟੀ ਆਉਂਦਾ ਇਹ ਟੇਸਟ ਆਉਂਦਾ। ਤਾਂ ਥੋੜ੍ਹੀ ਜਿਹੀ ਪਾ ਰਹੀ ਹਾਂ ਮੈਂ ਲਸਣ ਦੀ ਪੇਸਟ ਅਤੇ ਨਾਲ ਪਾ ਰਹੀ ਹਾਂ ਅਜਵਾਇਣ। ਬਣਾਉਣ ਵਾਸਤੇ ਫਰਾਈ ਕਰਨ ਵਾਸਤੇ ਆਪਾਂ ਵਰਤਾਂਗੇ ਜੀਓ ਕਨੋਲਾ ਓਇਲ। ਸਭ ਤੋਂ ਪਹਿਲਾਂ ਜਿਹੜੀ ਸੂਜੀ ਹੈ ਇਹਨੂੰ ਆਪਾਂ ਮੱਠੀ ਆਂਚ ਤੇ ਭੁੰਨ ਲਾਂਗੇ, ਪਹਿਲਾਂ ਕੱਚਾਪਨ ਕੱਢ ਲਾਂਗੇ ਸੂਜੀ ਦਾ। ਬਿਲਕੁਲ ਇਹਨੂੰ ਹਲਕੀ ਹਲਕੀ ਆਂਚ ਤੇ ਹੀ ਪਕਾਵਾਂਗੇ ਆਪਾਂ, ਭੁੰਨਾਂਗੇ, ਰੋਸਟ ਕਰਾਂਗੇ ਥੋੜ੍ਹਾ ਜਿਹਾ। ਲਗਾਤਾਰ ਹਿਲਾਉਂਦੇ ਰਹਾਂਗੇ ਜਿਹੜੀ ਆਪਣੀ ਕਲਰ ਨਾ ਇਹਦਾ ਚੇਂਜ ਹੋਵੇ ਸੂਜੀ ਦਾ। ਆਪਾਂ ਨੂੰ ਮੱਧਮ ਆਂਚ ਤੇ ਇਹਨੂੰ ਸੂਜੀ ਨੂੰ ਭੁੰਨਦਿਆਂ ਨੂੰ ਹੋ ਗਏ ਆ ਹੁਣ 2 ਮਿੰਟ। ਜਿਹੜਾ ਗੈਸ ਦੀ ਫਲੇਮ ਬਿਲਕੁਲ ਸਲੋ ਤੇ ਆ, ਬਿਲਕੁਲ ਜਿਹੜਾ ਆਪਣਾ ਥੱਲੇ ਨਾ ਲੱਗੇ ਵੀ ਕਲਰ ਨਾ ਚੇਂਜ ਹੋਵੇ। 150 ਗ੍ਰਾਮ ਆਪਣੀ ਸੂਜੀ ਸੀ ਤਾਂ ਇਹਦੇ ਵਿੱਚ ਆਪਾਂ 200 ml ਦੇ ਕਰੀਬ ਪਾਵਾਂਗੇ ਆਪਾਂ ਪਾਣੀ। ਪਾਣੀ ਪਾ ਕੇ ਆਪਾਂ ਲਗਾਤਾਰ ਇਹਨੂੰ ਹਿਲਾ ਲਾਂਗੇ। ਹਿਲਾਉਂਦੇ ਹੀ ਆਪਣੀ ਸੂਜੀ ਹੈ ਜਿਹੜੀ ਪੂਰੀ ਤਰ੍ਹਾਂ ਥਿੱਕ ਹੋ ਜੂਗੀ, ਤੇ ਆਪਣੇ ਸਪੈਚੁਲਾ ਦੇ ਨਾਲ ਹੀ ਇਸ ਤਰ੍ਹਾਂ ਜਦੋਂ ਸਾਰੀ ਇਕੱਠੀ ਹੋ ਗਈ ਫਿਰ ਆਪਾਂ ਗੈਸ ਦੀ ਫਲੇਮ ਕਰਾਂਗੇ ਆਫ, ਇਹਨੂੰ ਬਾਹਲਾ ਨਹੀਂ ਸੁਕਾਵਾਂਗੇ। ਗੈਸ ਦੀ ਫਲੇਮ ਆਫ ਕਰਾਂਗੇ ਤਾਂ ਇਹਨੂੰ ਠੰਡਾ ਹੋਣ ਵਾਸਤੇ ਆਪਾਂ ਕੱਢ ਲਾਂਗੇ। ਇਹਨੂੰ ਆਪਾਂ ਥੋੜ੍ਹੀ ਦੇਰ ਲਈ ਠੰਡਾ ਹੋਣ ਲਈ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਵਾਂਗੇ। ਹੁਣ ਸੂਜੀ ਹੈ ਜਿਹੜੀ ਆਪਣੀ ਇੰਨੀ ਕੁ ਗਰਮ ਰਹਿ ਗਈ ਹੈ ਵੀ ਹੱਥ 'ਚ ਛੂਹਣ ਯੋਗ ਹੋ ਗਈ ਹੈ। ਮੈਂ ਥੋੜ੍ਹੇ ਥੋੜ੍ਹੇ ਪੋਰਸ਼ਨ 'ਚ ਡਿਵਾਈਡ ਕਰਤੀ ਸੀ ਵੀ ਜਲਦੀ ਜਿਹੜੀ ਹੈਗੀ ਹੈ ਸੈਟਿੰਗ ਹੋ ਜਾਵੇ।
ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆਲੂ ਪਿਆਜ ਹਰਾ ਧਨੀਆ ਚਿੱਲੀ ਫਲੇਕਸ ਨਮਕ ਛੋਟਾ ਅੱਧਾ ਚਮਚ ਰੈੱਡ ਚਿੱਲੀ ਪਾਊਡਰ ਗਰਮ ਮਸਾਲਾ ਥੋੜ੍ਹਾ ਜਿਹਾ ਵਧੀਆ ਕਲਰ ਵਾਸਤੇ ਆਪਾਂ ਪਾਵਾਂਗੇ ਹਲਦੀ ਥੋੜ੍ਹਾ ਜਿਹਾ ਪਾਵਾਂਗੇ ਆਪਾਂ ਜੀਰਾ ਜੀਰੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਵੀ ਆਲੂਆਂ ਦੀ ਆਈਟਮ ਕੋਈ ਵੀ ਮੈਂ ਬਣਾਵਾਂ ਵਿੱਚ ਅਜਵਾਇਣ ਅਤੇ ਜਾਂ ਲਸਣ ਜਾਂਦੇ ਹੀ ਜਾਂਦੇ ਆ ਦੋਵੇਂ ਜਾਣਗੇ ਜੇ ਦੋਵੇਂ ਨਹੀਂ ਤਾਂ ਇੱਕ ਚੀਜ਼ ਤਾਂ ਮੇਰੀ ਰੈਸਪੀ ਦੇ ਵਿੱਚ ਜ਼ਰੂਰ ਹੋਊਗੀ ਆਲੂ ਵਾਲੀ ਦੇ ਵਿੱਚ ਇਹਦੇ 'ਚ ਆਪਾਂ ਜਿਹੜੀਆਂ ਟੇਸਟ ਵਜੋਂ ਉਹ ਵੀ ਪਾ ਰਹੀ ਹਾਂ ਮੈਂ ਅਜਵਾਇਨ ਵੀ ਔਰ ਨਾਲੇ ਤਾਂ ਟੇਸਟ ਵਜੋਂ ਨਾਲੇ ਥੋੜ੍ਹਾ ਜਿਹਾ ਹਜ਼ਮ ਠੀਕ ਹੋ ਜਾਂਦੀ ਹੈ ਕਿਉਂਕਿ ਫਰਾਈ ਹੋਣਗੀਆਂ ਤਾਂ ਨਾਲ ਲਸਣ ਦੀ ਪੇਸਟ ਵੀ ਪਾ ਰਹੀ ਹਾਂ ਮੈਂ ਚਾਟ ਮਸਾਲਾ ਤੇ ਛੋਟਾ ਅੱਧਾ ਚਮਚ ਆਮਚੂਰ ਪਾਊਡਰ ਇਹ ਦੋਨੋਂ ਚੀਜ਼ਾਂ ਆਪਸ਼ਨਲ ਹੈ ਤਾਂ ਪਾ ਲਓ ਨਹੀਂ ਹੈਗੇ ਤਾਂ ਸਕਿੱਪ ਵੀ ਕਰ ਸਕਦੇ ਹੋ ਤੁਸੀਂ ਔਰ ਦੋ ਚਮਚ ਕੋਰਨ ਸਟਾਰਚ ਪਾ ਲਾਂਗੇ ਆਪਾਂ ਇਹ ਪਾ ਕੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸੂਜੀ ਦੇ ਵਿੱਚ ਸਾਰੇ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਗੁੰਨਾਂਗੇ ਇਹਨੂੰ ਵੀ ਜਿਹੜਾ ਸਾਰੇ ਮਸਾਲੇ ਹੈ ਸਾਰੇ ਮਿਕਸਚਰ ਦੇ ਵਿੱਚ ਇਕੁਅਲ ਮਾਤਰਾ 'ਚ ਆ ਜਾਣ ਵਧੀਆ ਤਰੀਕੇ ਨਾਲ ਮਿਕਸ ਕਰ ਲਿਆ ਆਪਾਂ ਕਰਕੇ ਇਹਨੂੰ ਕਰਕੇ ਆਪਾਂ 10 ਮਿੰਟ ਵਾਸਤੇ ਇਹਨੂੰ ਫਰਿੱਜ ਦੇ ਵਿੱਚ ਰੱਖਾਂਗੇ ਹੁਣ 10 ਮਿੰਟ ਹੋ ਗਏ ਆ ਆਪਣੇ ਡੋਰ ਨੂੰ ਰੱਖੇ ਨੂੰ ਮਿਕਸਚਰ ਨੂੰ ਇਹਨੂੰ ਆਪਾਂ ਕੱਢ ਲਿਆਂਦਾ ਅਤੇ ਹੁਣ ਇਹਦੇ ਆਪਾਂ ਬਣਾਵਾਂਗੇ ਫਿੰਗਰਸ ਹੱਥਾਂ ਨੂੰ ਚੰਗੀ ਤਰ੍ਹਾਂ ਤੇਲ ਘਿਓ ਲਾ ਲਾਂਗੇ ਆਪਾਂ ਚੁੱਪ ਲਵਾਂਗੇ ਥੋੜ੍ਹਾ ਜਿਹਾ ਡੋ ਤੋੜ ਲਾਂਗੇ ਬਾਕੀ ਇਹ ਚੀਜ਼ ਹੈ ਜਿਹੜੀ ਉਹ ਆਪਣੀ ਆਪਦੀ ਮਰਜ਼ੀ ਹੈ ਭਾਵੇਂ ਆਪਾਂ ਨਗਟ ਦੀ ਤਰ੍ਹਾਂ ਬਣਾ ਲਈਏ ਜਿਵੇਂ ਕਬਾਬ ਬਣਾਉਂਦੇ ਆਪਾਂ ਤਾਂ ਭਾਵੇਂ ਆਪਾਂ ਇਹਨਾਂ ਦੀਆਂ ਚਿਪਸ ਫਿੰਗਰ ਚਿਪਸ ਬਣਾ ਲਈਏ ਚਿਪਸ ਫਿੰਗਰਸ ਬਣਾ ਲਈਏ ਆਪਾਂ ਇਸ ਤਰ੍ਹਾਂ ਸਾਰੀਆਂ ਇੱਕੋ ਜਿਹੀਆਂ ਵਧੀਆ ਸ਼ੇਪ ਦੇ ਵਿੱਚ ਫਿੰਗਰਸ ਬਣਾ ਲਾਂਗੇ ਪਹਿਲਾਂ
ਇਸੇ ਤਰ੍ਹਾਂ ਹੀ ਸਾਰੀਆਂ ਆਪਾਂ ਤਿਆਰ ਕਰ ਲਾਂਗੇ। ਵੈਸੇ ਪਾ ਪਾ ਇਹਦੇ ਵਿੱਚ ਹਰੀ ਮਿਰਚ ਵੀ ਲੈਂਦੇ ਹਾਂ, ਪਰ ਮੈਂ ਹਰੀ ਮਿਰਚ ਨਹੀਂ ਪਾ ਰਹੀ ਗੀ ਕਿਉਂਕਿ ਪਰੀ ਆਈ ਹੋਈ ਹੈ ਤਾਂ ਫਿਰ ਛੋਟੇ ਬੱਚੇ ਨੂੰ ਥੋੜ੍ਹੀ ਦਿੱਕਤ ਆਉਂਦੀ ਹੈ, ਉਹਨੇ ਤਾਂ ਵੇਖ ਕੇ ਕਹਿੰਦੀ ਮੰਮਾ ਹਰੀ ਮਿਰਚ ਨਹੀਂ ਪਾਉਣੀ ਵਿੱਚ। ਇਸ ਤਰ੍ਹਾਂ ਆਪਾਂ ਸਾਰੀਆਂ ਫਿੰਗਰਸ ਤਿਆਰ ਕਰ ਲਾਂਗੇ। ਜਿਹਨੇ ਨੂੰ ਮੈਂ ਕੋਲੋਂ ਚਿਪਸ ਬਣਾ ਰਹੀ ਸੀਗੀ ਕੋਲੋਂ ਮੈਂ ਤੇਲ ਗਰਮ ਧਰਤਾ ਸੀਗਾ। ਮੈਂ ਕੱਲ੍ਹ ਪੂਰੀਆਂ ਬਣਾਈਆਂ ਸੀ, ਪੂਰੀਆਂ ਵਾਲਾ ਵਧਿਆ ਹੋਇਆ ਤੇਲ ਹੈਗਾ ਸੀਗਾ, ਜੀਓ ਕਨੋਲਾ ਆਇਲ ਪਿਆ ਹੋਇਆ ਸੀਗਾ, ਮੈਂ ਉਸੇ ਦੇ ਵਿੱਚ ਹੀ ਇਹ ਫਰਾਈ ਕਰ ਰਹੀ ਹਾਂ। ਤੇਲ ਹੈ ਜਿਹੜਾ ਆਪਣਾ ਮੀਡੀਅਮ ਆਂਚ 'ਤੇ ਗਰਮ ਹੋ ਗਿਆ ਵਧੀਆ। ਹੁਣ ਇਹਨਾਂ ਨੂੰ ਇੱਕ ਇੱਕ ਚੁੱਕਦੇ ਜਾਵਾਂਗੇ ਤਾਂ ਵਿੱਚ ਛੱਡਦੇ ਜਾਵਾਂਗੇ। ਇੱਕ ਵਾਰੀ ਆਪਾਂ ਨਹੀਂ ਸਾਰੀਆਂ ਪਾਵਾਂਗੇ, ਥੋੜ੍ਹੇ ਥੋੜ੍ਹੇ ਗੈਪ 'ਤੇ ਪਾਉਂਦੇ ਜਾਵਾਂਗੇ ਕਿਉਂਕਿ ਜਿਹੜੀਆਂ ਵਿੱਚ ਜਾ ਕੇ ਅਤੇ ਆਪਸ ਦੇ ਵਿੱਚ ਜੁੜ ਨਾ ਜਾਣ। ਪਾਉਂਦਿਆਂ ਸਾਰਾ ਆਪਾਂ ਝਾਰਨੀ ਨੀ ਵਿੱਚ ਲਾਵਾਂਗੇ ਤੇਲ ਦੇ, ਥੋੜ੍ਹੀਆਂ ਜਿਹੀਆਂ ਜਦੋਂ ਇਹ ਸੈੱਟ ਹੋ ਜਾਣਗੀਆਂ ਤਾਂ ਫਿਰ ਇਹਨਾਂ ਨੂੰ ਆਪਾਂ ਉੱਪਰ ਥੱਲੇ ਕਰਾਂਗੇ। ਮੀਡੀਅਮ ਆਂਚ 'ਤੇ ਬਣਦੀਆਂ ਉਹਨਾਂ ਨੂੰ ਆਪਾਂ ਥੋੜ੍ਹੀਆਂ ਜਿਹੀਆਂ ਹੋਰ ਕੋਲੋਂ ਤਿਆਰ ਕਰ ਲੈਂਦੇ ਹਾਂ। ਥੋੜ੍ਹੀਆਂ ਜਦੋਂ ਗਰਮ ਹੋ ਜਾਂਦੀਆਂ ਤਾਂ ਫਿਰ ਕੜਾਹੀ ਦੇ ਤਲੇ ਤੋਂ ਥੋੜ੍ਹੀ ਉੱਪਰ ਉਠਾਉਂਦੀਆਂ, ਉਸ ਤੋਂ ਪਿੱਛੋਂ ਹੀ ਆਪਾਂ ਥੋੜ੍ਹਾ ਜਿਹਾ ਵਿੱਚ ਆਪਾਂ ਝਾਰ ਨਹੀਂ ਮਾਰਾਂਗੇ। ਹੁਣ ਜਿਹੜੀਆਂ ਫਿੰਗਰਸ ਹੈ ਆਪਣੀਆਂ ਹਲਕੇ ਜਿਹੇ ਗੋਲਡਨ ਕਲਰ 'ਚ ਆ ਗਈਆਂ, ਵਧੀਆ ਪੱਕ ਗਈਆਂ ਪੂਰੀ ਤਰ੍ਹਾਂ। ਇਹ ਬੈਚ ਆਪਾਂ ਕੱਢ ਲਾਂਗੇ। ਉਸੇ ਤਰ੍ਹਾਂ ਹੀ ਆਪਾਂ ਹੁਣ ਦੂਸਰਾ ਬੈਚ ਪਾ ਦਾਂਗੇ। ਪਹਿਲਾਂ ਇੱਕ ਵਾਰੀ ਥੋੜ੍ਹੇ ਥੋੜ੍ਹੇ ਗੈਪ ਨਾਲ ਪਾਵਾਂਗੇ। ਵੀ ਜਿਹੜੀਆਂ ਆਪਸ ਦੇ ਵਿੱਚ ਕਿਤੇ ਜੁੜ ਨਾ ਜਾਣ। ਬੈਚ ਆਪਣਾ ਦੂਸਰਾ ਵੀ ਬਣ ਕੇ ਰੈਡੀ ਹੈ। ਇਸ ਤਰ੍ਹਾਂ ਆਪਾਂ ਜਿਹੜੇ ਹੈਗੇ ਸਾਰੇ ਮਿਕਸਚਰ ਦੀਆਂ ਫਿੰਗਰਸ ਫਰਾਈ ਕਰ ਲਾਂਗੇ। ਫਿੰਗਰ ਚਿਪਸ ਜਿਹੜੀਆਂ ਆਪਣੀਆਂ ਬਣ ਕੇ ਰੈਡੀ ਹੈ। ਜਿਹੜੀ ਬਾਹਰੋਂ ਕ੍ਰਿਸਪੀ ਹੈ ਅੰਦਰੋਂ ਸੋਫਟ ਹੈ, ਵਧੀਆ ਬਹੁਤ ਵਧੀਆ ਟੈਕਸਚਰ ਦੇ ਵਿੱਚ ਹੈ,
ਕਿਉਂਕਿ ਬੱਚੇ ਇੰਨੀ ਦੇਰ ਨਹੀਂ ਨਾ ਰੁਕਦੇ ਹੁੰਦੇ, ਬੱਚੇ ਇਹਨੇ ਕੋਲੋਂ ਖਾ ਕੇ ਦੱਸਦਾ ਵੀ ਬਹੁਤ ਟੇਸਟੀ ਬਣੀ ਹੈ। ਲਓ ਜੀ, ਅੱਜ ਆਲੂ ਸੂਜੀ ਦੇ ਫਿੰਗਰ 'ਚ ਹੈਗੇ ਜਿਹੜੇ ਉਹ ਬਣ ਕੇ ਆਪਣੇ ਕੋਲ ਰੈਡੀ ਹੈ। ਵੇਖੋ ਬਾਹਰੋਂ ਪੂਰੀ ਤਰ੍ਹਾਂ ਕ੍ਰਿਸਪੀ ਹੈ ਔਰ ਤੋੜੋਗੇ ਤਾਂ ਵਿੱਚੋਂ ਇੰਨੀਆਂ ਸੋਫਟ, ਇੰਨੀਆਂ ਪੋਲੀਆਂ ਜਿਹੜੀਆਂ ਕਿ ਮੈਂ ਦੂਸਰੇ ਨਾਲ ਹਰੀ ਚਟਨੀ ਨਾਲ ਅਤੇ ਟਮੈਟੋ ਸੌਸ ਨਾਲ ਰੱਖੀਆਂ। ਇਹਨਾਂ ਨੂੰ ਤੁਸੀਂ ਆਪ ਵੀ ਘਰ ਬਣਾਇਓ ਔਰ ਆਪਣੀ ਫੈਮਿਲੀ ਨੂੰ ਖਿਲਾਇਓ ਤਾਂ ਮੈਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਅਗਰ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਇਹਨੂੰ ਸ਼ੇਅਰ ਕਰਨਾ, ਮੇਰੀ ਵੀਡੀਓ ਨੂੰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ, ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਣਾ। ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜਦੋਂ ਤੁਸੀਂ ਬਣਾਏ ਤਾਂ ਤੁਹਾਡੇ ਸੂਜੀ ਅਤੇ ਆਲੂ ਦੇ ਫਿੰਗਰ ਚਿਪਸ ਕਿਸ ਤਰ੍ਹਾਂ ਦੇ ਬਣੇ। ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।